ਸਾਰੀ ਸੰਗਤ ਆਓ, ਕੀਰਤਨ ਦੀ ਆਰੰਭਤਾ ਤੋਂ ਪਹਿਲੋਂ ਸਾਰੇ ਰਲ ਕੇ ਸਾਹਿਬਾਂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਦ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਭੈਣਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਨੌਵੇਂ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਸਾਰਿਆਂ ਨੂੰ। ਜਿੱਥੇ ਅੱਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ, ਉੱਥੇ ਮੇਰੇ ਨੌਜਵਾਨ ਵੀਰ ਸਾਰੇ ਵਿਸਾਖੀ ਦੇ ਸੰਬੰਧ ਵਿੱਚ, ਖਾਲਸੇ ਦੇ ਸਾਜਨਾ ਦਿਵਸ ਦੇ ਸੰਬੰਧ ਵਿੱਚ ਆਪਾਂ ਬੈਠੇ ਹਾਂ। ਅਤੇ ਦੂਸਰੀ ਬੜੀ ਵੱਡੀ ਗੱਲ ਹੈ ਕਿ ਇਸ ਦਰਬਾਰ ਹਾਲ ਦਾ ਉਦਘਾਟਨ ਸਮਾਰੋਹ ਅੱਜ ਹੈ। 11 ਅਖੰਡ ਪਾਠ ਸਾਹਿਬ ਦੇ ਭੋਗ ਇੱਥੇ ਪਏ ਨੇ ਅਤੇ ਹੁਣ ਸ਼ੁਕਰਾਨੇ ਵਜੋਂ ਸਾਰੀ ਪ੍ਰਬੰਧਕ ਕਮੇਟੀ ਨੌਜਵਾਨ ਵੀਰ ਜੁੜ ਬੈਠੇ ਨੇ ਰਲ ਕੇ ਗੁਰੂ ਗੁਰੂ ਕਰਨ ਦੇ ਲਈ। ਸਤਿਗੁਰੂ ਜੀ ਦੇ ਅੰਮ੍ਰਿਤਮਈ ਬਾਣੀ ਦਾ ਪ੍ਰਮਾਣ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ ਆਓ। ਜਿੰਨੀ ਸੰਗਤ ਜੁੜ ਬੈਠੀ ਹੈ ਕਰਿਓ ਰਸਨਾ ਨੂੰ ਪਵਿੱਤਰ। ਪਹਿਲੋਂ ਦੋ ਸ਼ਬਦ ਵਿਸਾਖੀ ਦੇ ਸੰਬੰਧ ਵਿੱਚ, ਫਿਰ ਆਪਾਂ ਇੱਕ ਸ਼ਬਦ ਪੜ੍ਹਾਂਗੇ ਆ ਉਦਘਾਟਨ ਸਮਾਰੋਹ ਦੇ ਸੰਬੰਧ ਵਿੱਚ, ਫਿਰ ਸ਼ਬਦ ਪੜ੍ਹਾਂਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ। ਆਓ ਕੋਈ ਵੀ ਰਸਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ ਗੁਰੂ ਵਾਹਿਗੁਰੂ, ਡੰਡੋਤ ਬੰਧਨ ਅਨੇਕ ਬਾਰ ਸਰਬ ਕਲਾ ਸਮਰਤ, ਸਰਬ ਕਲਾ ਸਮਰਤ, ਡੋਲਨ ਤੇ ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ। ਜਪੋ ਜੀ ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ। ਆਹਾ ਕਰੋ ਕਿਰਪਾ ਜਪੋ ਜੀ, ਅੰਮ੍ਰਿਤ ਗੁਰ ਤੇ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ।
अमृत गुर ते पाया पाया तिन अमृत गुर ते पाया कहे अमृत गुर ते पाया 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 काहे नानक जिसनु आप तुठा तिन अमृत गुर ते पाया तिन अमृत गुर ते पाया सुर नर मुन जन अमृत खोज दे नर मुन जन अमृत खोज दे सो अमृत गुर ते पाया सो अमृत गुर ते पाया सो अमृत गुर ते पाया गुर ते पाया अमृत गुर ते अमृत खोज दे सुनार मुन जन अमृत खोज दे सो अमृत गुर ते पाया 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 बाबा गोविंद सिंह आपे गुरु चेला 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 बाबा गोविंद सिंह आपे गुरु चेला
ਆਪੇ ਗੁਰ ਚੇਲਾ ਸੰਗਤ ਮੇਲਾ ਹਰ ਸੱਚੇ ਤੱਕ ਸਾਰੇ ਜਪੋ ਨਾਨਕ ਨਿਰਭਉ ਨਿਰਦਾਰ ਵਿੱਚ ਸਿੱਧਾ ਖੇਲਾ ਨਾਨਕ ਨਿਰਭਉ ਨਾਨਕ ਨਿਰਭਉ ਪਿਆਰ ਨਾਲ ਆਖੋ ਸਤਨਾਮ ਜਦੋਂ ਤੱਕ ਗੁਰੂ ਵਾਲੇ ਨਹੀਂ ਬਣਾਂਗੇ ਭਾਵ ਜਦੋਂ ਤੱਕ ਗੁਰੂ ਦੀ ਮੱਤ ਨਹੀਂ ਲਵਾਂਗੇ ਗੁਰੂ ਦੀ ਸਿੱਖਿਆ ਨੂੰ ਕਮਾਵਾਂਗੇ ਨਹੀਂ ਉਦੋਂ ਤੱਕ ਜਨਮ ਸੁਹੇਲਾ ਨਹੀਂ ਹੋ ਸਕਦਾ ਸਫਲ ਮੇਰੀ ਬੇਨਤੀ ਹੈ ਅੱਜ ਜਿਵੇਂ ਆਇਓ ਨਾ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਇਸ ਲਈ ਬਣਾਈ ਗਈ ਹੈ ਕਿ ਰੋਜ਼ ਇੱਥੇ ਆ ਕੇ ਸੰਗਤ ਨਾਮ ਜਪੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਵੀਰਾਂ ਨੇ ਸਮਾਗਮ ਉਡੀਕਿਆ ਇਹ ਨਹੀਂ ਕਿ ਅੱਜ ਕੇਵਲ ਆ ਗਏ ਹੋ ਤੇ ਤੁਸੀਂ ਬਾਕੀ ਦਿਨ ਆਉਣਾ ਹੀ ਨਹੀਂ ਕੇਵਲ ਗੁਰਪੁਰਬ ਤੇ ਆਉਣਾ ਗੁਰੂ ਕੀ ਪਿਆਰੀ ਸਤਸੰਗਤ ਇਸ ਦਰ ਦੀ ਮਹਾਨਤਾ ਹੈ ਜਿਸ ਦਰ ਤੇ ਆਪਾਂ ਬੈਠੇ ਪਾਤਸ਼ਾਹ ਕਹਿੰਦੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਇੱਥੇ ਆ ਕੇ ਇਨਸਾਨ ਨੂੰ ਸੋਝੀ ਮਿਲਦੀ ਹੈ ਜਿਸ ਕੰਮ ਦਾ ਪਤਾ ਨਹੀਂ ਨਾ ਹੁੰਦਾ ਉਹ ਜਦੋਂ ਗੁਰੂ ਕਾ ਪਿਆਰਾ ਸਿੱਖ ਭਾਵੇਂ ਬੀਬੀ ਹੈ ਭਾਵੇਂ ਵੀਰ ਹੈ ਉਹ ਆ ਕੇ ਬਾਣੀ ਪੜ੍ਹਦਾ ਨਾ ਤੇ ਗੁਰੂ ਦੀ ਬਾਣੀ ਉਹਨੂੰ ਸਿੱਖਿਆ ਦਿੰਦੀ ਹੈ ਕਿ ਕੀ ਤੇਰੇ ਲਈ ਚੰਗਾ ਹੈ ਕੀ ਮੰਦਾ ਹੈ ਤੂੰ ਕਿਵੇਂ ਆਪਣਾ ਜੀਵਨ ਸਵਾਰਨਾ ਹੈ ਤੋ ਆਓ ਅੱਜ ਇਸ ਦਰ ਤੋਂ ਕੀ ਆਵਾਜ਼ ਆ ਰਹੀ ਹੈ ਹੋਏ ਜਨਮ ਸੁਹੇਲਾ
भगवंत रूप गुरु गोविंद सूरा पतत उदारन प्राण पत सद सदा हजूरा वे प्रगट्यो पुरख भगवंत रूप गुरु गोविंद सूरा अनंत विनोदी जी जप सत सची वेला वाह गोविंद सिंह आपे गुरु चेला आपे गुरु चेला आपे गुरु चेला आपे आपे गुरु चेला आपे गुरु चेला आपे संता के कारज आप खलोया जपो संता के कारज आप खलोया संता के कारज आप खलोया संता के कारज आप खलोया हर काम करावन हर काम करावन आया राम संता के कारज
ਮਾਨ ਸਵਾਰ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਸੰਤਾਂ ਕੀ ਕਾਰ ਆਪ ਸ਼ੰਕਾ ਨਹੀਂ ਹੈ, ਸ਼ੱਕ ਨਹੀਂ ਹੈ ਕਿ ਪ੍ਰਮਾਤਮਾ ਨਹੀਂ ਆ ਕੇ ਉਹ ਕੰਮ ਕਰਦਾ, ਆਪ ਆ ਕੇ ਵਰਤਦਾ ਹੈ ਆਪਣੇ ਭਗਤ ਜਨਾਂ ਦੇ ਕਾਰਜਾਂ ਵਿੱਚ। ਜੇ ਗੁਰਮੁਖ ਪਿਆਰੇ ਪ੍ਰਬੰਧਕ ਵੀਰਾਂ ਨੇ ਇਹ ਸੋਹਣਾ ਉਦਘਾਟਨ ਸਮਾਰੋਹ ਰੱਖਿਆ ਨਾ, ਗੁਰੂ ਕੀ ਪਿਆਰੀ ਸਾਧ ਸੰਗਤ ਸੋਹਣਾ ਮਹਿਲ ਬਣਾਇਆ ਗੁਰਦੁਆਰਾ ਸਾਹਿਬ, ਇਹ ਗੁਰੂ ਨੂੰ ਪਤਾ ਹੈ, ਪ੍ਰਮਾਤਮਾ ਨੂੰ ਪਤਾ ਹੈ ਕਿ ਇੱਥੇ ਆ ਕੇ ਸੰਗਤ ਉਹ ਮਾਲਕ ਦੀ ਸਿਫਤਲਾ ਕਰੇਗੀ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੇਗੀ, ਤੇ ਇਸ ਕਰਕੇ ਮੇਰਾ ਮਾਲਕ ਆਪ ਇਹ ਕਾਰਜਾਂ ਵਿੱਚ ਸਾਖੀ ਹੋ ਕੇ ਵਰਤਦਾ। ਪਿਆਰ ਨਾਲ ਆਖੋ ਸਤਨਾਮ। ਆਪ ਸੋਹਣਾ ਬਣਾਉਂਦਾ ਹੈ ਮਾਲਕ, ਆਪ ਕਿਰਪਾ ਕਰਕੇ ਅੰਗ ਸੰਗ ਵਰਤਦਾ ਹੈ ਆਪਣੇ ਸੇਵਕਾਂ ਦੇ। ਤੋ ਆਓ ਜਿੰਨੀ ਸੰਗਤ ਬੈਠੀ ਹੈ, ਜਿਹਨਾਂ ਨੇ ਜਪਿਆ ਨਹੀਂ ਹਜੇ ਤੱਕ, ਸਾਰੀ ਸੰਗਤ ਸ਼ੁਕਰਾਨਾ ਕਰੋ ਜੀ। ਸੰਤਾਂ ਕੀ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ, ਹਰ ਕੰਮ ਕਰਾਵਣ, ਹਰ ਕੰਮ ਕਰਾਵਣ ਆਇਆ ਰਾਮ, ਸੰਤਾਂ ਕੀ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ। ਅੰਮ੍ਰਿਤ ਜਲ ਛਾਇਆ ਪੂਰਨ ਸਾਧ ਕਰਾਇਆ, ਅੰਮ੍ਰਿਤ ਜਲ ਸਗਲ ਮਨੋਰਥ ਪੂਰੇ, ਸਗਲ ਮਨੋਰਥ ਪੂਰੇ, ਜੈ ਜੈ ਕਾਲ ਪਿਆ ਜਗਿਆ ਸਗਲ ਵਿਸੂਰੇ, ਲਾਥੇ ਸਗਲ ਵਿਸੂਰੇ, ਸੰਤਾਂ ਕੀ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ, ਹਰ ਕੰਮ ਕਰਾਵਣ, ਹਰ ਕੰਮ ਕਰਾਵਣ ਆਇਆ ਰਾਮ, ਸੰਤਾਂ ਕੀ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਜਸ ਵੇਦ ਪੁਰਾਣੀ ਗਾਇਆ, ਜਸ ਵੇਦ ਪੁਰਾਣੀ ਗਾਇਆ, ਆਪਣਾ ਪੀਰਦ ਰੱਖਿਆ ਪਰਮੇਸ਼ਰ, ਆਪਣਾ
ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਪਰਮਾਤਮਾ ਦਾ ਬਿਰਦ ਹੈ, ਸੁਭਾਅ ਹੈ। ਜਦੋਂ ਵੀ ਕੋਈ ਗੁਰੂ ਕੇ ਪਿਆਰੇ ਸਿੱਖ ਯਾਦ ਕਰਦੇ ਨੇ ਨਾ ਕਿ ਮਾਲਕ ਅਸੀਂ ਤੇਰਾ ਦਰ ਬਣਾਉਣਾ ਚਾਹੁੰਦੇ ਹਾਂ, ਜਿਸ ਦਰ ਤੇ ਬੈਠ ਕੇ ਤੇਰੀ ਉਸਤ ਕਰੀਏ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਤੇ ਫਿਰ ਮਾਲਕ ਆਪ ਕਿਰਪਾ ਕਰਦਾ। ਸਤਿਗੁਰ ਕਹਿੰਦੇ ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਜਿਨ੍ਹਾਂ ਤੇ ਪਰਮਾਤਮਾ ਕਿਰਪਾ ਕਰਦਾ ਨਾ, ਉਹੀ ਫਿਰ ਉਹਨੂੰ ਸਿਮਰਦੇ ਨੇ। ਅੱਜ ਕਿੰਨੇ ਤੁਹਾਡੇ ਸਾਰੀਆਂ ਮਾਤਾਵਾਂ ਭੈਣਾਂ ਦੇ ਵੀਰਾਂ ਦੇ ਚੰਗੇ ਭਾਗ ਨੇ, ਜਿਹੜੇ ਗੁਰੂ ਨੇ ਆਪਣੀ ਕਿਰਪਾ ਕਰਕੇ ਸਤਿਗੁਰ ਸੇਵਾ ਲੈ ਰਹੇ ਨੇ। ਆਓ ਜੁੜ ਬੈਠੇ ਹਾਂ, ਜਿੱਥੇ ਸਾਜਨਾ ਦਿਵਸ ਦੇ ਸੰਬੰਧ ਵਿੱਚ ਖਾਲਸੇ ਦੇ, ਉੱਥੇ ਆਪਾਂ ਉਦਘਾਟਨ ਸਮਾਰੋਹ ਦੇ ਸੰਬੰਧ ਵਿੱਚ ਵੀ ਸ਼ਬਦ ਪੜ੍ਹਿਆ, ਸੰਤਾਂ ਕੇ ਕਾਰਜ। ਆਓ ਅੱਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ਪੁਰ ਦੇ ਸੰਬੰਧ ਵਿੱਚ ਸਾਰੇ ਰਲ ਕੇ ਸ਼ਬਦ ਪੜੀਏ। ਸਖੀ ਮਿਲੋ ਰਸ ਮੰਗਲ ਗਾਵੋ ਹਮ ਘਰ, ਸਾਜਨ ਆਇਆ ਐਸੇ ਦੀਨ ਦੁਨੀਆਂ ਦੇ ਮਾਲਕ, ਜਿਹੜੇ ਆਪਣੇ ਧਰਮ ਦੀ ਰੱਖਿਆ ਤਾਂ ਕੀਤੀ ਕੀਤੀ ਗੁਰਬਾਣੀ ਸਾਨੂੰ ਦੇ ਕੇ, ਸਾਡੇ ਵਰਗਿਆਂ ਨੂੰ ਤਾਂ ਸਿੱਧੇ ਮਾਰਗ ਪਾਇਆ ਪਾਇਆ, ਉੱਤੇ ਹੋਰ ਧਰਮ ਨੂੰ ਬਚਾ ਕੇ ਸਤਿਗੁਰ ਨੇ ਐਸੀ ਮਿਸਾਲ ਪੈਦਾ ਕੀਤੀ ਕਿ ਸਾਡਾ ਸਿੱਖ ਹੈ ਨਾ ਜਿਹੜਾ, ਉਹ ਕੇਵਲ ਆਪਣੀ ਰੱਖਿਆ ਨਹੀਂ ਕਰਦਾ, ਦੂਸਰੇ ਧਰਮ ਦੇ ਲਈ ਵੀ ਰੱਖਿਆ ਕਰਨ ਦੇ ਸਮਰੱਥ ਪਰਮਾਤਮਾ ਨੂੰ ਬਣਾ ਦਿੰਦਾ। ਪਿਆਰ ਨਾਲ ਆਖੋ ਸਤਨਾਮ। ਜੇ ਕਿਸੇ ਹੋਰ ਤੇ ਵੀ ਅਤਿਆਚਾਰ ਹੁੰਦਾ ਹੋਵੇ ਨਾ ਗੁਰੂ ਕੇ ਪਿਆਰਿਓ, ਤੇ ਸਿੱਖ ਕਦੇ ਆਪਣੀ ਮੌਤ ਦੀ ਪਰਵਾਹ ਨਹੀਂ ਕਰਦਾ। ਪਿਆਰ ਨਾਲ ਆਖੋ ਸਤਨਾਮ। ਇਹ ਕਿੰਨੇ ਸਿਖਾਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ। ਆਓ ਸਾਰੀ ਸੰਗਤ ਰਲ ਕੇ ਕਰੋ ਕਿਰਪਾ, ਬੜਾ ਪਿਆਰਾ ਸ਼ਬਦ, ਸੁਖਾਲਾ ਸ਼ਬਦ ਤੁਹਾਨੂੰ ਯਾਦ ਹੋਵੇਗਾ, ਸਾਰੇ ਰਲ ਕੇ ਪੜੋ। ਹਮ ਘਰ ਸਾਜਨ ਆਇਆ, ਹਮ ਘਰ ਸਾਜਨ ਆਇਆ, ਹਮ ਘਰ ਸਾਜਨ ਆਇਆ, ਹਮ ਘਰ ਸਾ
सखी मिलो रस मंगल गाओ सखी मिलो सारी संगत जपो जी रस मंगल गाओ हम कर साज में आया हम कर साज में आया हम कर साथ में आया आओ मीत प्यारे मंगल गाओ हम कर साज में आया हम
कर साजन आया, हम कर साजन आया, साजन आया, हम कर साजन आया, वाहे गुरु। जदों भी गुरु के सिख दे अंदर चंगी मत आउंदी है ना, कर्म कांड करना छड़ देंदा है, वहम करना छड़ देंदा है। सच जानियो ਉਦੋਂ ਕਹਿੰਦਾ ਕਿ ਹਮ ਘਰ ਸਾਜਨ ਆਇਆ। ਕਹਿੰਦਾ ਜਦੋਂ ਤੱਕ ਮੈਂ ਬਾਣੀ ਪੜ੍ਹੀ ਨਹੀਂ ਸੀ, ਸਮਝ ਨਹੀਂ ਸੀ, ਜਦੋਂ ਬਾਣੀ ਪੜ੍ਹੀ ਮੈਨੂੰ ਇਉਂ ਪ੍ਰਤੀਤ ਹੁੰਦਾ ਹੁਣ ਅੰਦਰ ਆ ਵਸਿਆ। ਪਿਆਰ ਨਾਲ ਆਖੋ ਸਤਨਾਮ। ਇਹ ਗੁਰੂ ਦੇ ਸਿੱਖ ਦੀ ਭਾਵਨਾ ਹੈ ਗੁਰੂ ਪ੍ਰਤੀ। ਬਾਹਰ ਤਾਂ ਰੋਜ਼ ਪ੍ਰਕਾਸ਼ ਪੁਰਬ ਮਨਾਉਂਦਾ ਹੈ, ਪਰ ਸੱਚ ਜਾਣਿਓ ਅਸਲ ਉਸ ਦਿਨ ਪ੍ਰਕਾਸ਼ ਹੁੰਦਾ ਹੈ ਜਦੋਂ ਗੁਰੂ ਦੀ ਮੱਤ ਦੁਆਰਾ ਉਹ ਕੰਮ ਕਰਨਾ ਸ਼ੁਰੂ ਹੋ ਜਾਂਦਾ ਹੈ। ਪਿਆਰ ਨਾਲ ਆਖੋ ਸਤਨਾਮ। ਫਿਰ ਉਹਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਸਖੀ ਮਿਲੋ ਰਸ ਮੰਗਲ ਗਾਵੋ, ਹਮ ਘਰ ਸਾਜਨ ਆਇਆ। ਗੁਰੂ ਕੀ ਪਿਆਰੀ ਸਾਸਿੰਗ, ਸ਼ਬਦਾਂ ਦੇ ਤਾਂ ਹੁਕਮ ਹੋ ਰਹੇ ਨੇ ਪਰ ਸਮਾਂ ਸੀਮਤ ਹੈ, ਇੱਕ ਸ਼ਬਦ ਕੇਵਲ ਹਾਜ਼ਰੀ ਲਵਾਵਾਂਗੇ। ਮੇਰੇ ਪ੍ਰਬੰਧਕ ਵੀਰਾਂ ਵੱਲੋਂ ਹੁਕਮ ਹੋਇਆ ਕਿ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ, ਅਤੇ ਭੈਣ ਜੀ ਹੋਣੀ ਹੁਕਮ ਕਰ ਰਹੇ ਨੇ ਮੇਰੀ ਪੱਟੀਆ ਲਿਖ ਦਿਓ ਸ਼੍ਰੀ ਗੋਪਾਲ, ਅਤੇ ਹੋਰ ਵੀ ਮੇਰੇ ਵੀਰਾਂ ਵੱਲੋਂ ਹੁਕਮ ਹੋਇਆ ਸੀ ਸ਼ਬਦ ਦਾ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਪਰ ਇੱਕ ਸ਼ਬਦ ਦੀ ਹਾਜ਼ਰੀ ਲਵਾਵਾਂਗੇ। ਸਭਨਾ ਕਾ ਮਾਂ ਪਿਓ ਆਪ ਮੈਂ, ਬਾਕੀ ਸ਼ਬਦਾਂ ਦੀ ਖਿਮਾ ਮੰਗਦਾ ਭੈਣਾਂ ਕੋਲੋਂ। ਜਦੋਂ ਕਦੇ ਫਿਰ ਆਏ ਜ਼ਰੂਰ ਆਪਾਂ ਪੜ੍ਹਾਂਗੇ, ਐਸੀ ਗੱਲ ਨਹੀਂ ਕਿ ਨਹੀਂ ਆਵਾਂਗੇ, ਜਦੋਂ ਤੁਸੀਂ ਯਾਦ ਕਰੋਗੇ। ਹਮੇਸ਼ਾ ਹੀ ਤੁਹਾਡੇ ਇੱਥੇ ਦਿੱਲੀ ਤਕਰੀਬਨ 10-12 ਦਿਨ ਸਤਿਗੁਰ ਸੇਵਾ ਲੈਂਦੇ ਨੇ ਮਹੀਨੇ ਵਿੱਚ। ਜਦੋਂ ਵੀ ਪ੍ਰਬੰਧਕ ਵੀਰਾਂ ਨੂੰ ਤੁਸੀਂ ਰਿਕਮੈਂਡ ਕਰੋਗੇ, ਪ੍ਰਬੰਧਕ ਵੀਰ ਜਦੋਂ ਵੀ ਹੁਕਮ ਕਰੋਗੇ ਸਾਨੂੰ, ਉਦੋਂ ਆਪਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਜਾਵਾਂਗੇ। ਤੋ ਆਓ ਕਰਿਓ ਰਸਨਾ ਨੂੰ ਪਵਿੱਤਰ, ਜੋ 4 ਮਿੰਟ ਲਈ ਸ਼ਬਦ ਦਾ ਗਾਇਨ ਫਿਰ ਦੱਸ ਰਿਹਾ ਨੇ, ਪਰਮਾਨੰਦ ਕਲੋਨੀ ਉੱਥੇ ਪਹੁੰਚ ਕੇ ਹਾਜ਼ਰੀ ਭਰਨੀ ਹੈ। ਸਾਰੀ ਸੰਗਤ ਕਰਿਓ ਕਿਰਪਾ ਜੀ। ਸਭਨਾ ਕਾ ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਸਪਨਾ ਕਾ ਮਾਂ ਪਿਓ ਆਪ ਹੈ, 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 ਆਪੇ ਸਾਰ ਕਰੇ, ਆਪੇ ਸਾਰ ਕਰੇ, ਸਾਰ ਕਰੇ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਸਭਨਾ ਕਾ ਆਪੇ ਸਾਰ ਕਰੇ, ਆਪੇ ਸਾਰ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, 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 ਸਭਨਾ ਕਾ ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ।
ਨਾਮ ਨਾਨਕ ਨਾਮ ਤੇ ਆਇਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਜੁਗ ਜੁਗ ਸੋਭਾ ਹੋਏ ਸਭ ਨਾਮ ਕਾ ਕੋਟਾਨਕੋਟ ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਸਾਹਿਬ ਜੀ ਨੇ ਕੀਰਤਨ ਦੀ ਸੇਵਾ ਲਿੱਤੀ ਹੈ ਤੋ ਸਾਧ ਸੰਗਤ ਦੀ ਇੰਨੀ ਹਾਜ਼ਰੀ ਕਰਿਓ ਪ੍ਰਵਾਨ ਆਪ ਸਾਰੀਆਂ ਸੰਗਤਾਂ ਨੂੰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਦਸਤਰਿਆਂ ਦੇ ਜਥੇ ਵੱਲੋਂ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਇਸ ਉਦਘਾਟਨ ਸਮਾਰੋਹ ਦੀਆਂ ਬਹੁਤ ਬਹੁਤ ਵਧਾਈਆਂ ਮਾਲਕ ਕਿਰਪਾ ਕਰਨ ਇਸੇ ਤਰ੍ਹਾਂ ਅਵਾਰਡ ਲੱਗੀ ਰਹੀ ਮੈਂ ਬੇਨਤੀ ਕਰਾਂ ਇਹ ਪ੍ਰਬੰਧਕ ਵੀਰ ਇਹ ਸੋਹਣਾ ਉਪਰਾਲਾ ਤਾਂ ਕਰਦੇ ਨੇ ਕਿ ਸੰਗਤ ਰੋਜ਼ ਆਵੇ ਇਸ ਦਰ ਤੇ ਮੈਂ ਹੱਥ ਜੋੜ ਇੱਕ ਪ੍ਰਚਾਰਕ ਹੋਣ ਦੇ ਨਾਤੇ ਬੇਨਤੀ ਕਰਾਂ ਇੱਥੇ ਰੋਜ਼ ਆਇਆ ਕਰੋ ਇਸ ਦਰ ਤੇ ਐਵੇਂ ਸੰਗਤ ਆ ਕੇ ਗੁਣਾਂ ਦੀ ਵਿਚਾਰ ਕਰੇ ਭਾਈ ਸਾਹਿਬ ਪਾਸੋਂ ਕਥਾ ਸੁਣੋ ਗੁਰੂ ਕੇ ਕੀਰਤਨੀਆਂ ਪਾਸੋਂ ਕੀਰਤਨ ਸਰਵਣ ਕਰੋ ਇਹ ਦਰ ਤੁਹਾਡੇ ਲਈ ਬਣਾਏ ਗਏ ਨੇ ਪ੍ਰਬੰਧਕ ਵੀਰਾਂ ਲਈ ਨਹੀਂ ਇਹ ਤਾਂ ਸੇਵਾਦਾਰ ਨੇ ਪਿਆਰ ਨਾਲ ਆਖੋ ਸਤਨਾਮ ਇੱਥੇ ਸੇਵਾ ਕਰਨ ਲਈ ਇਹ ਇਹਨਾਂ ਨੂੰ ਪਰਮਾਤਮਾ ਨੇ ਡਿਊਟੀ ਲਾਈ ਹੈ ਤੋ ਤੁਸੀਂ ਰੋਜ਼ ਆਇਆ ਕਰੋ ਇਹਨਾਂ ਨੂੰ ਐਪਰੀਸ਼ੀਏਟ ਕਰਿਆ ਕਰੋ ਗੁਰੂ ਕਿਰਪਾ ਕਰੇ ਕਿਉਂਕਿ ਇਹ ਦਰ ਦੀ ਮੈਂ ਪਹਿਲਾਂ ਦੱਸਿਆ ਕਿ ਮਹਾਨਤਾ ਹੈ ਇਹ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਏਤ ਦੁਆਰਾ ਧੋਏ ਹੱਛਾ ਹੋਏ ਸੀ ਜਿਹੜਾ ਮਨ ਮਹਿਲਾ ਨਾ ਉਹ ਇੱਥੇ ਆ ਕੇ ਹੱਛਾ ਹੋਣਾ ਹੈ ਸਵਸਥ ਹੋਣਾ ਹੈ ਸਾਫ਼ ਸੁਥਰਾ ਹੋਣਾ ਹੈ ਤੇ ਬਾਕੀ ਘਰ ਦੇ ਵਿੱਚ ਤਾਂ ਆਪਾਂ ਤਨ ਨੂੰ ਸਾਫ਼ ਸੁਥਰਾ ਕਰਦੇ ਹਾਂ ਗੁਰੂ ਕੇ ਪਿਆਰਿਓ ਇੰਨੀ ਹਾਜ਼ਰੀ ਕਰਿਓ ਪ੍ਰਵਾਨ
ਮੇਰੇ ਵੀਰ ਗੋਲੂ ਜੀ ਅਤੇ ਸਾਰੇ ਨੌਜਵਾਨ ਵੀਰਾਂ ਦਾ, ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ ਉਹਨਾਂ ਦਾ, ਸਾਰਿਆਂ ਦਾ ਦਾਸ ਹਾਰਦਿਕ ਤੌਰ 'ਤੇ ਸ਼ੁਕਰਗੁਜ਼ਾਰ ਹੈ, ਜਿਹੜੇ ਹਮੇਸ਼ਾ ਹੀ ਪਿਆਰ ਬਖਸ਼ਿਸ਼ ਕਰਕੇ ਦਸਰਿਆਂ ਦੇ ਜਥੇ ਨੂੰ ਨਿਵਾਜਦੇ ਨੇ। ਭੈਣ ਜੀ ਹੋਣੀ, ਦੀਪਾ ਭੈਣ ਜੀ, ਉਹਨਾਂ ਦਾ ਪਰਿਵਾਰ ਸਾਰਾ ਬਹੁਤ ਹੀ ਹਮੇਸ਼ਾ ਪਿਤਾ ਜੀ ਉਹਨਾਂ ਦੇ ਪਿਆਰ ਕਰਦੇ ਨੇ। ਗੁਰੂ ਕਿਰਪਾ ਕਰੇ ਇਹ ਜਿਹੜੀ ਸਾਂਝ ਹੈ ਸਦੀਵੀ ਬਣੀ ਰਹੇ। ਬਹੁਤ ਹੀ ਪਿਆਰ ਵਾਲੇ ਗੁਰੂ ਘਰ ਦੇ ਕੀਰਤਨੀ ਮੇਰੀ ਮੁਰਾਦ ਗੁਰੂ ਦੀ ਹਜ਼ੂਰੀ ਅੰਦਰ ਆ ਰਹੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ ਵੀਰ ਦੀ, ਉਹਨਾਂ ਦੀ ਅੰਮ ਤੇ ਆਓ, ਜਕਾਰਾ ਗਜਾਓ, ਬੋਲੇ ਸੋਨਿਹਾ। ਬੜੇ ਪਿਆਰ ਵਾਲੇ ਮਿੱਠ ਬੋਲੜਾ ਸੁਭਾਅ ਮੇਰੇ ਮਾਲਕ ਨੇ ਬਖਸ਼ਿਸ਼ ਕੀਤਾ ਹੈ। ਸਤਿਕਾਰਯੋਗ ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ ਵੀਰ ਜੀ ਆਪ ਸੰਗਤਾਂ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਕਰਨਗੇ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।